ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾ ਇਤਿਹਾਸਕ ਗ੍ਰੰਥ ਨੇ ਨਾ ਮਿਥਿਹਾਸਕ ਗ੍ਰੰਥ ਨੇ, ਗੁਰੂ ਗ੍ਰੰਥ ਸਾਹਿਬ ਜੀ ਇੱਕ ਅਧਿਆਤਮਕ ਰੱਬੀ ਗ੍ਰੰਥ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਰਕਤਾਂ ਨੂੰ ਅੱਜ ਦੁਨੀਆ ਨੇ ਜਾਣ ਲਿਆ। ਹੈਰਾਨ ਹੋਇਆ, 98 ਦੀ ਗੱਲ ਹੈ ਕਿ ਦਾਸ ਨੂੰ ਜਰਮਨ ਬੁਲਾਇਆ ਗਿਆ ਸੀ ਫਰੈਂਕਫਰਟ ਵਿਸਾਖੀ 'ਤੇ। ਉੱਥੇ ਪ੍ਰਬੰਧਕ ਸੇਵਾਦਾਰਾਂ ਨੇ ਇੱਕ ਸੱਚੀ ਘਟਨਾ ਸੁਣਾਈ। ਉਹ ਕਹਿੰਦੇ, ਗਿਆਨੀ ਜੀ, ਇੱਥੇ ਦਾ ਇੱਕ ਪ੍ਰੋਫੈਸਰ, ਅੰਗਰੇਜ਼ ਪ੍ਰੋਫੈਸਰ ਆਪਣੇ ਕੁਝ ਸਾਥੀਆਂ ਦੇ ਨਾਲ ਗੁਰਦੁਆਰੇ ਆ ਗਿਆ ਅਤੇ ਲਗਾਤਾਰ ਇੱਕ ਹਫ਼ਤਾ ਸੇਵਾ ਕਰਦਾ ਰਿਹਾ। ਜੋੜਾ ਘਰ 'ਚ ਜੂੜੇ ਜਮ੍ਹਾਂ ਕਰਨੇ, ਲੰਗਰ 'ਚ ਸੇਵਾ ਕਰਨੀ, ਜੂਠੇ ਭਾਂਡੇ ਮਾਂਜਣੇ, ਪੋਚਾ ਮਾਰਨਾ। ਕਹਿੰਦੇ ਇੱਕ ਹਫ਼ਤਾ ਸੇਵਾ ਕਰਦਾ ਰਿਹਾ, ਉਸ ਤੋਂ ਬਾਅਦ ਪ੍ਰਬੰਧਕਾਂ ਕੋਲ ਆ ਗਿਆ ਅਤੇ ਆ ਕੇ ਕਹਿੰਦਾ ਹੈ ਕਿ ਇੱਕ ਕਿਰਪਾ ਕਰੋ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਇੰਗਲਿਸ਼ 'ਚ ਦੇ ਦਿਓ। ਕਹਿੰਦੇ ਅਸੀਂ ਪੁੱਛਿਆ ਕਿਉਂ, ਅਤੇ ਉਹਨੇ ਬੜੀ ਸੱਚੀ ਗੱਲ ਕਹਿ ਦਿੱਤੀ ਕਿ ਤੁਸੀਂ ਮੂਰਖ ਲੋਕ ਹੋ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡੇ ਕੋਲ ਕਿਹੋ ਜਿਹਾ ਮਹਾਨ ਖਜ਼ਾਨਾ ਹੈ। ਕਹਿੰਦੇ ਸਾਡੇ ਵਿੱਚੋਂ ਪ੍ਰੋਫੈਸਰ ਅਤੇ ਸਾਇੰਟਿਸਟਾਂ ਨੂੰ ਪਤਾ ਲੱਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ 'ਚ ਜੋ ਕੁਝ ਵੀ ਦਰਜ ਹੈ ਉਹ ਕੇਵਲ ਸੱਚ ਹੈ, ਅਤੇ ਉਹਨਾਂ ਨੂੰ ਪਤਾ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਸਬਜੈਕਟ ਲੈ ਕੇ ਉਹਦੇ ਉੱਤੇ ਖੋਜ ਕਰਾਂਗੇ, ਰਿਸਰਚ ਕਰਾਂਗੇ ਨਾ, ਤਾਂ ਸਾਡੀ ਮਿਹਨਤ ਵਿਅਰਥ ਨਹੀਂ ਜਾਵੇਗੀ। ਉਹ ਇੱਥੋਂ ਕੋਈ ਸਬਜੈਕਟ ਲੈ ਕੇ ਉਹਦੇ 'ਤੇ ਖੋਜ ਕਰਦੇ ਨੇ ਅਤੇ ਜਿਸ ਵੇਲੇ ਉਹ ਪ੍ਰਯੋਗ ਸਫਲ ਹੋ ਜਾਂਦਾ ਹੈ ਉਹ ਇਹ ਨਹੀਂ ਦੱਸਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪੜ੍ਹਿਆ ਸੀ, ਉਹ ਦੁਨੀਆ ਦੇ 'ਚ ਆਪਣਾ ਨਾਮ ਰੌਸ਼ਨ ਕਰ ਲੈਂਦੇ ਨੇ। ਉਹਨੇ ਸੱਚੀ ਗੱਲ ਕਹੀ ਕਿ ਮੈਂ ਵੀ ਇਹੀ ਕੁਝ ਕਰਾਂਗਾ। ਹੈਰਾਨ ਹੋਇਆ, ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 'ਚ ਕੀ ਕੁਝ ਹੈ, ਪਰ ਅਸੀਂ ਨਾ ਆਪ ਸਮਝ ਸਕੇ ਨਾ ਬੱਚਿਆਂ ਨੂੰ ਸਮਝਾ ਸਕੇ। ਹਾਂ, ਉਮਰਾਂ ਬੀਤ ਗਈਆਂ, ਜਪਜੀ ਸਾਹਿਬ ਪੜ੍ਹਦੇ ਹਾਂ, ਸੁਖਮਨੀ ਸਾਹਿਬ ਜੀ ਦੇ ਪਾਠ ਕੁਝ ਭੈਣਾਂ ਪੰਜ ਵੀ ਕਰ ਜਾਂਦੀਆਂ ਨੇ ਇੱਕ ਦਿਨ ਦੇ ਵਿੱਚ, ਜ਼ਰੂਰ ਕਰੋ, ਪਰ ਕੀ ਬਾਣੀ ਨੂੰ ਸਮਝਣ ਦਾ ਯਤਨ ਕੀਤਾ? ਇੱਥੇ ਤਾਂ ਬੜਾ ਖੁੱਲ੍ਹੇ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਇਸ ਗੁਰੂ ਨੂੰ ਤਾਂ ਸਾਰਾ ਸੰਸਾਰ ਆ ਕੇ ਵੇਖ ਰਿਹਾ, ਦਰਬਾਰ ਸਾਰਿਆਂ ਲਈ ਖੁੱਲ੍ਹਾ ਹੈ, ਇਕੱਲੇ ਸਿੱਖਾਂ ਲਈ ਥੋੜ੍ਹਾ। ਪਰ ਇੱਕ ਗੱਲ ਨਾ ਭੁੱਲ ਜਾਇਓ, ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਸ਼ਬਦ ਦੀ ਵਿਚਾਰ ਪੱਲੇ ਨਹੀਂ ਪੈਂਦੀ ਤਦ ਤੱਕ ਜੀਵਨ ਨੂੰ ਸਫਲਤਾ ਨਹੀਂ ਹੈ। ਜਦ ਸ਼ਬਦ ਦੀ ਵਿਚਾਰ ਕਰਦੇ ਹਾਂ ਤਾਂ ਸਾਡੀ ਗੁਰੂ ਨਾਲ ਗੱਲ ਹੁੰਦੀ ਹੈ। ਜਿਸ ਵੇਲੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਜੋਤੀ ਜੋਤ ਸਮਾਏ ਅਤੇ ਉਹਨਾਂ ਨੇ ਕਹਿ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅਤੇ ਸਿੱਖਾਂ ਨੇ ਬੇਨਤੀ ਕਰ ਦਿੱਤੀ, ਸਤਿਗੁਰੂ ਜੀ ਅੱਜ ਤੱਕ ਦੇਹਧਾਰੀ ਗੁਰੂ ਸੀ, ਤੁਸੀਂ ਸਾਹਮਣੇ ਬੈਠਦੇ ਸੀ, ਸੰਗਤ ਨੇ ਕੋਈ ਸਵਾਲ ਕਰਨਾ ਹੁੰਦਾ ਸੀ ਸਾਹਮਣੇ ਸਵਾਲ ਕਰਦੀ ਸੀ, ਜਵਾਬ ਮਿਲ ਜਾਂਦਾ ਸੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਸ ਤਰ੍ਹਾਂ ਪੁੱਛਾਂਗੇ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਤੁਹਾਡਾ ਭੁਲੇਖਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਜਵਾਬ ਦੇ ਸਕਦੇ ਨੇ ਨਾ, ਉਹ ਤਾਂ ਕਿਤੇ ਮੈਂ ਵੀ ਨਹੀਂ ਦੇ ਸਕਦਾ। ਮੇਰੇ ਅੰਦਰੋਂ ਵੀ ਸ਼ਬਦ ਗੁਰੂ ਉਹ ਵਾਹਿਗੁਰੂ ਹੀ ਬੋਲਦਾ ਹੈ, ਅਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਕਰਨੀਆਂ ਨੇ ਨਾ, ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਤਾਂ ਇੱਕ ਕੰਮ ਕਰਿਆ ਕਰੋ, ਜੋ ਮਮ ਸਾਥ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੈ ਸੁਣੈ ਵਿਚਾਰੈ ਸਾਥ, ਜੋ ਮਮ ਬਚਨ ਸੁਣਨ ਕੀ ਚਾਹੇ, ਗ੍ਰੰਥ ਜੀ ਪੜ੍ਹੈ ਸੁਣੈ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਹੀਂ ਕਿਛ ਮਾਨ। ਕਹਿੰਦੇ ਮੇਰਾ ਰੂਪ ਹੈ ਗੁਰੂ, ਗੁਰੂ ਨਾਲ ਗੱਲਾਂ ਕਰੋ। ਦੁਨੀਆ ਦਾ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਕੋਲ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲਓ ਕਿ ਮੂਰਖ ਕਿਸ ਨੂੰ ਕਹਿੰਦੇ ਨੇ, ਅਤੇ ਜਵਾਬ ਮਿਲਦਾ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼, ਜਿਹਨੇ ਬਕਵਾਸ ਹੀ ਬੋਲਣਾ ਹੈ। ਸਿਰੇ ਦਾ ਮੂਰਖ, ਉਹ ਵੀ ਜਵਾਬ ਮਿਲਦਾ ਹੈ। ਕਿਸੇ ਨੇ ਪੁੱਛ ਲਿਆ ਗਿਆਨੀ ਜੀ ਇਹ ਮੂਰਖ ਤਾਂ ਠੀਕ ਹੈ ਪਰ ਸਿਰੇ ਦਾ ਮੂਰਖ, ਗੁਰੂ ਗ੍ਰੰਥ ਸਾਹਿਬ ਜੀ ਉਹ ਵੀ ਜਵਾਬ ਦਿੰਦੇ, ਮੂਰਖਾਂ ਸਿਰ ਮੂਰਖ ਜੇ ਮੰਨੈ ਨਾ ਹੀ ਨਾਉ। ਜੋ ਏਡੀ ਮਹਾਨ ਸ਼ਕਤੀ ਨੂੰ ਵੇਖਦਾ ਵਾਹਿਗੁਰੂ ਨੂੰ, ਇੱਕ ਛਿੰਨ ਦੇ 'ਚ ਸੁਨਾਮੀ ਲਹਿਰਾਂ ਆਉਂਦੀਆਂ ਨੇ, ਸਭ ਡੁੱਬ ਜਾਂਦਾ ਹੈ, ਭੂਚਾਲ ਆਉਂਦੇ ਨੇ, ਸਭ ਕੁਝ ਗਰਕ ਹੋ ਜਾਂਦਾ ਹੈ, ਏਡੀ ਵੱਡੀ ਤਾਕਤ ਨੂੰ ਵੇਖ ਕੇ ਵੀ ਬੰਦਾ ਮੰਨਦਾ ਨਹੀਂ ਹੈ ਅਤੇ ਕਹਿੰਦੇ ਸਿਰੇ ਦਾ ਮੂਰਖ ਹੈ। ਪੁੱਛੀਏ ਸੰਤ ਕਿਸ ਨੂੰ ਕਹਿੰਦੇ ਨੇ, ਅਤੇ ਜਵਾਬ ਮਿਲਦਾ ਜਿਨ੍ਹਾਂ ਸਾਸ ਗ੍ਰਾਸ ਨਾ ਵੀਸਰੈ ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜੇ ਪੁੱਛੀਏ ਬ੍ਰਹਮ ਗਿਆਨੀ ਕਿਸ ਨੂੰ ਕਹਿੰਦੇ ਨੇ, ਅਤੇ ਜਵਾਬ ਮਿਲਦਾ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ।
पुछो तो सही गुरु ग्रंथ साहब जी तो। एक भैन ने दास नूं सवाल कर दिता कथा करके उठिया तो मैनूं कहिंदे ज्ञानी जी सारी गल्लां ठीक ने पर कि गुरु ग्रंथ साहब जी तो पुछिए तो यह भी पता लगता कि मेरा पति मेरे वस च किस तरह रहेगा। दास ने कहा बिल्कुल किसी तांत्रिक तो पुछण की लोड़ नहीं है, गुरु ग्रंथ साहब जी तो पुछ के वेख लो। गल करवाई, एक भैन का विआह हो चुके है तो दूजी का होने वाला है। वड्डी भैन सुखी वसदी है, पति भी प्यार सत्कार दिंदा, सहुरा परिवार भी, तो कहंदे छोटी भैन पुछदी है ए भैणे मैनू दस कौन सो अखर कौन गुण कौन सो मणिया मंत कौन सो वेसो हों करी जित बस आवी कंत। कदी बाणी नूं ना इउं पढ़िए विचार के पुछिया कि मैं किहड़े बोल बोलां, जीवन च किहड़े अखर अपनावां, किहड़ा वेस धारण करां ता कि मेरा पति मेरे वस विच रवे। ते उस भैण ने जवाब दिता कहंदी निमण सो अखर, निम्रता होवे तेरे विच। निम्रता पति विच भी होनी चाहीदी है, निम्रता सिक्खी दी जड़ है। पति पत्नी दे च होमे ते होनी नहीं चाहीदी, होमे मैल गवाया बलराम जीओ, पर अफसोस असी लावां नूं भी मंत्र वांग पढ़दिआं विचारदे कदी भी नहीं। हाँ दास अर्ज कर रहा सी कि भैण ने जवाब दिता निमण सो अखर, पहला गुण होवे निम्रता तेरे विच, निमण सो अखर खामण गुण बर्दास करन दी ताकत होवे। जे किसे वेले कोई बोल गया है, अज भी तुसी वेखदे हो कितनी टेंशन है, कितना पति बाहर विचारा की कुछ बर्दाश्त करदा करदिआं नूं की पता है। एक ना महान विद्वान उस दिन मैं पढ़िया उहदा लिखिआ, उह कह रहा सी कि भैणों कि जद पति आवे ना तो उन्हूं लंगर छकाया करो, लंगर दे नाल जहर ना परोस दिया करो, क्योंकि सारे दिन दीआं गल्लां वो तुसी उसे वेले लैके बैठ जांदे हो, उहदे लई ते भोजन भी जहर बन जांदा है। दास अर्ज करिआ सी निमण सो अखर खमण गुण जिहवा मणिआ मंत जिहवा नाल मिठे बोल बोल ए त्रै भैणे वेस कर तां बस आवी कंत। कहंदे ये तीन गुण जे अपना लैंदी है ना तो दुनियावी पति तो है कि विचारा, इहदे नाल ते रब वाहिगुरु पति भी बस विच आ जांदा है। पर पत्नी का भी बराबर सत्कार सानू करना चाहीदा है।